ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਸਾਰਿਆਂ ਨੂੰ, ਆਪਾਂ ਸਾਰੇ ਜਾਣਦੇ ਹੀ ਹਾਂ ਇੰਡੀਆ ਦੇ ਵਿੱਚ ਜੋ ਆਪਣਾ ਫਾਰਮਰਸ ਜਿਹੜੇ ਜਾ ਰਹੇ ਨੇ ਸਾਰੇ ਕਿਸਾਨ ਮਜ਼ਦੂਰ ਦਿੱਲੀ ਨੂੰ, ਅਤੇ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ ਇਸ ਵੇਲੇ। ਮੇਰੀ ਤਾਂ ਸਾਰਿਆਂ ਨੂੰ ਬੇਨਤੀ ਹੈ ਜੀ, ਚਾਹੇ ਤੁਸੀਂ ਹਿੰਦੂ ਹੋ, ਮੁਸਲਮਾਨ ਹੋ, ਸਿੱਖ ਹੋ, ਈਸਾਈ ਹੋ, ਇਹਦੇ ਨਾਲ ਕੋਈ ਜਾਤ ਪਾਤ ਦਾ ਕੋਈ ਧਰਮ ਦਾ ਲੈਣ ਦੇਣ ਨਹੀਂ ਹੈ। ਇਹ ਲੜਾਈ ਇਨਸਾਨੀਅਤ ਦੀ ਲੜਾਈ ਹੈ, ਪੰਜਾਬ ਦੇ ਹੱਕਾਂ ਦੀ ਨਹੀਂ, ਸਾਰੇ ਇੰਡੀਆ ਦੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਹੈ ਇਹ। ਸੋ ਸਾਰਿਆਂ ਦਾ ਆਪਣਾ ਫਰਜ਼ ਬਣਦਾ ਵੀ ਜਿੰਨੀ ਵੀ ਸਪੋਰਟ ਕਰ ਸਕਦੇ ਆ ਜ਼ਰੂਰ ਕਰੋ। ਜੇ ਤੁਸੀਂ ਉੱਥੇ ਲੋਕਲ ਹੈ ਤਾਂ ਜ਼ਰੂਰ ਪਹੁੰਚੋ, ਕਿਉਂਕਿ ਪੀਸਫੁੱਲ ਮਾਰਚ ਆ। ਕਈ ਕਹਿ ਰਹੇ ਨੇ ਵੀ ਯਾਰ ਦੰਗੇ ਕਰ ਰਹੇ, ਦੰਗਾ ਕੋਈ ਨਹੀਂ ਕਰ ਰਿਹਾ, ਤੁਸੀਂ ਦੇਖ ਹੀ ਰਹੋ, ਵੀਡੀਓਜ਼ ਇੰਨੀਆਂ ਆ ਰਹੀਆਂ ਨੇ, ਸਾਰੇ ਪੀਸਫੁੱਲ ਮਾਰਚ ਕਰ ਰਹੇ ਨੇ। ਉਹ ਸਿਰਫ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣੀ ਚਾਹੁੰਦੇ ਆ, ਅਤੇ ਇੱਥੇ ਮੀਡੀਆ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ, ਸਾਰਾ ਨੈਸ਼ਨਲ ਮੀਡੀਆ, ਇੰਟਰਨੈਸ਼ਨਲ ਮੀਡੀਆ, ਲੋਕਲ ਪੰਜਾਬ ਦਾ ਮੀਡੀਆ, ਹਰਿਆਣੇ ਦਾ ਮੀਡੀਆ, ਸਾਰਾ ਜਿੰਨਾ ਵੀ ਮੀਡੀਆ, ਵੀ ਇਹ ਟਾਈਮ ਆ ਤੁਸੀਂ ਉਹਨਾਂ ਕਿਸਾਨਾਂ ਦੀਆਂ ਜੋ ਉਹਨਾਂ ਨਾਲ ਹੋ ਰਿਹਾ ਉਹ ਚੀਜ਼ਾਂ ਦਿਖਾਲੋ, ਠੀਕ ਹੈ। ਤੁਸੀਂ ਹੋਰ ਪਾਸੇ ਨੂੰ ਤੁਰੇ ਫਿਰਦੇ ਆ, ਬਹੁਤ ਮਾੜੀ ਗੱਲ ਹੈ, ਸਾਰਿਆਂ ਨੂੰ ਇਕੱਠੇ ਹੋਣ ਦੀ ਗੱਲ ਹੈ। ਜਿਹੜਾ ਕਿਸਾਨ ਸਾਰੀ ਦੁਨੀਆ ਨੂੰ ਰੋਟੀ ਦੇ ਰਿਹਾ, ਠੀਕ ਹੈ, ਅਤੇ ਉਹਦੇ ਨਾਲ ਅੱਜ ਇੰਨਾ ਧੱਕਾ ਹੋ ਰਿਹਾ, ਬਹੁਤ ਦਿਲ ਦੁੱਖਦਾ। ਸਾਰੇ ਜਿਹੜੇ ਕੈਨੇਡਾ, ਅਮੈਰੀਕਾ, ਇੰਗਲੈਂਡ ਜਾਂ ਅਮੈਰੀਕਾ ਸਾਰੇ ਬੈਠੇ ਨੇ, ਸਾਰੇ ਬਹੁਤ ਨਾਲ ਨੇ ਉਹ, ਭਾਵੇਂ ਉਹ ਇੰਡੀਆ ਨਹੀਂ ਜਾ ਸਕਦੇ, ਲੇਕਿਨ ਅੰਦਰੋਂ ਮੈਨੂੰ ਪਤਾ ਸਾਰਿਆਂ ਨੂੰ ਦੁੱਖ ਆ, ਜਿੰਨਾ ਮੈਨੂੰ ਦੁੱਖ ਆ ਹੋਰ ਵੀ ਸਾਰਿਆਂ ਨੂੰ ਇੰਨਾ ਹੀ ਦੁੱਖ ਆ। ਮੈਂ ਆਪਣੇ ਸਾਰਿਆਂ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਦਾ, ਕਲਾਕਾਰ ਵੀਰਾਂ ਨੂੰ, ਫਿਲਮਾਂ ਵਾਲਿਆਂ ਨੂੰ, ਸਾਰਿਆਂ ਨੂੰ ਬੇਨਤੀ ਹੈ ਜੀ, ਉੱਥੇ ਪਹੁੰਚ ਨਹੀਂ ਸਕਦੇ ਤਾਂ ਆਪਣੀਆਂ ਵੀਡੀਓਜ਼ ਬਣਾ ਕੇ ਟੈਗ ਕਰਕੇ ਸਰਕਾਰਾਂ ਨੂੰ, ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਜਿਹਨਾਂ ਨੇ ਤੁਹਾਨੂੰ ਚੁਣਿਆ, ਜੇ ਇਸ ਟਾਈਮ ਤੁਸੀਂ ਉਹਨਾਂ ਲਈ ਨਹੀਂ ਖੜ ਸਕਦੇ ਤਾਂ ਫਿਰ ਕੀ ਫਾਇਦਾ ਸਰਕਾਰ ਦਾ, ਕੱਲ੍ਹ ਨੂੰ ਜੋ ਮਰਜ਼ੀ ਤੁਸੀਂ ਕਰੀ ਚੱਲੋ। ਸੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਜੀ, ਸਾਰੇ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦੇਈਏ। ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਸੜਕਾਂ 'ਤੇ ਆਈਆਂ ਹੋਈਆਂ, ਤੁਸੀਂ ਦੇਖਦੇ ਹੋ, ਮੈਂ ਵੀਡੀਓ ਦੇਖ ਰਿਹਾ, ਮਤਲਬ ਦਿਲ ਮੇਰਾ ਦੁੱਖ ਰਿਹਾ ਦੇਖ ਦੇਖ ਕੇ। ਸਾਰਿਆਂ ਨੂੰ ਬੇਨਤੀ ਹੈ ਜੀ, ਆਪਾਂ ਸਪੋਰਟ ਕਰੀਏ। ਹੱਲੇ ਵੀ ਕਈ ਗਲਤ ਬੋਲੀ ਜਾਂਦੇ ਨੇ ਵੀ ਇੱਦਾਂ ਕਰ ਰਹੇ ਨੇ, ਇੱਦਾਂ ਕਰ ਰਹੇ ਨੇ, ਕੀ ਮਾੜਾ ਕਰ ਰਹੇ ਨੇ, ਆਪਣੇ ਹੱਕਾਂ ਲਈ ਲੜ ਰਹੇ ਨੇ, ਆਪਣੀਆਂ ਜ਼ਮੀਨਾਂ ਲਈ ਲੜ ਰਹੇ ਨੇ। ਜਿਹੜਾ ਕਿਸਾਨ ਤੁਹਾਨੂੰ ਸਾਰਿਆਂ ਨੂੰ ਰੋਟੀ ਖਵਾਉਂਦਾ ਤੁਸੀਂ ਉਹਨੂੰ ਮਾੜਾ ਬੋਲੀ ਜਾਂਦੇ ਹੋ। ਸੋ ਮੇਰੀ ਪਲੀਜ਼ ਰਿਕੁਐਸਟ ਆ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਸਾਰੇ ਜਣੇ ਸਪੋਰਟ ਕਰੋ ਜੀ, ਔਰ ਸਾਰੇ ਮੀਡੀਆ ਨੂੰ ਵੀ ਬੇਨਤੀ ਆ ਵੀ ਆਹੀ ਟਾਈਮ ਆ, ਜੇ ਸੰਭਾਲ ਲਓਗੇ ਤਾਂ ਬਹੁਤ ਵਧੀਆ ਗੱਲ ਹੈ, ਠੀਕ ਹੈ ਨਾ। ਤੁਸੀਂ ਬਾਲੀਵੁੱਡ ਦਿਖਾਈ ਜਾਂਦੇ ਹੋ, ਫਲਾਨੇ ਨੇ ਉਹ ਕਰਤਾ, ਫਲਾਨੇ ਨੇ ਉਹ ਕਰਤਾ, ਜੋ ਕਿਸਾਨ 2-3 ਮਹੀਨਿਆਂ ਤੋਂ ਭੁੱਖੇ ਭਾਣੇ ਇੰਨੀ ਠੰਡ ਦੇ ਵਿੱਚ ਗੱਡੀਆਂ ਦੇ ਵਿੱਚ, ਟਰੈਕਟਰਾਂ ਦੇ ਵਿੱਚ, ਟਰਾਲੀਆਂ ਦੇ ਵਿੱਚ ਰਾਤਾਂ ਕੱਟ ਰਹੇ ਨੇ, ਉਹ ਤੁਸੀਂ ਦਿਖਾ ਨਹੀਂ ਰਹੇ। ਸੋ ਮੇਰੀ ਹੰਬਲ ਰਿਕੁਐਸਟ ਆ, ਸਾਰਿਆਂ ਨੂੰ ਬੇਨਤੀ ਆ ਜੀ, ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਰੇ ਸਾਥ ਹੋਈਏ, ਅਤੇ ਮਾਲਕ ਕਿਰਪਾ ਕਰੇ ਜੀ ਵੀ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣ, ਅਤੇ ਸਰਕਾਰਾਂ ਨੂੰ ਵੀ ਬੇਨਤੀ ਆ ਵੀ ਉਹਨਾਂ ਦੀਆਂ ਮੰਗਾਂ ਜ਼ਰੂਰ ਸੁਣੋ, ਅਤੇ ਉਹਨਾਂ ਦੇ ਨਾਲ ਹੀ ਇੰਡੀਆ ਖੁਸ਼ਹਾਲ ਹੋ ਸਕਦੀ ਆ। ਆਪਾਂ ਸਾਰਿਆਂ ਨੂੰ ਇੱਕ ਮਿੱਕ ਹੋਣ ਦੀ ਲੋੜ ਹੈ, ਨਾ ਕਿ ਇੱਕ ਦੂਸਰੇ ਨੂੰ ਨਫ਼ਰਤ ਨਾ ਫੈਲਾਈਏ। ਪਲੀਜ਼ ਸਪੋਰਟ ਦ ਫਾਰਮਰਸ, ਆਈ ਸਪੋਰਟ ਦ ਫਾਰਮਰਸ। ਥੈਂਕ ਯੂ ਸੋ ਮੱਚ, ਥੈਂਕ ਯੂ।